ਹੈਲੋ ਦੋਸਤੋ, ਹਾਜ਼ਰ ਹੋ ਚੁੱਕੀ ਹੈ ਤੁਹਾਡੀ ਆਪਣੀ ਦੋਸਤ ਮਨਪ੍ਰੀਤ ਤੁਹਾਡੇ ਆਪਣੇ ਚੈਨਲ ਲਿਸਟ ਟੀਵੀ ਤੇ ਇੱਕ ਨਵੀਂ ਵੀਡੀਓ ਦੇ ਨਾਲ। ਦੋਸਤੋ, ਜਿਹੋ ਜਿਹਾ ਵਰਤਾਵ ਆਪਾਂ ਪੇਰੈਂਟਸ ਦੇ ਨਾਲ ਕਰਦੇ ਹਾਂ ਨਾ, ਉਹੋ ਜਿਹਾ ਹੀ ਵਰਤਾਵ ਸਾਡੇ ਬੱਚੇ ਸਾਡੇ ਨਾਲ ਕਰਨਗੇ। ਇਸ ਲਈ ਸਾਨੂੰ ਆਪਣੀ ਬੋਲ ਬਾਣੀ ਔਰ ਵਰਤਾਵ ਸਾਰਾ ਚੰਗਾ ਕਰਨਾ ਹੈ। ਕਿਸੇ ਨਾਲ ਵੀ ਚੰਗੀ ਤਰ੍ਹਾਂ ਆਪਾਂ ਬੋਲਦੇ ਹਾਂ, ਉਹੋ ਜਿਹਾ ਹੀ ਸਾਡੇ ਬੱਚੇ ਸਾਡੇ ਨਾਲ ਬੋਲਣਗੇ। ਜਿਹੋ ਜਿਹਾ ਵਰਤਾਵ ਆਪਾਂ ਉਹਨਾਂ ਅੱਗੇ ਕਰਾਂਗੇ, ਉਹੋ ਜਿਹਾ ਹੀ ਵਰਤਾਵ ਉਹ ਸਾਡੇ ਨਾਲ ਕਰਨਗੇ। ਇਸ ਗੱਲ 'ਤੇ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਸਾਡੇ ਦੁਆਰਾ ਆਪਣੇ ਮਾਂ ਪਿਓ ਨੂੰ ਕੀਤਾ ਗਿਆ ਵਰਤਾਵ ਸਾਡੇ ਦੁਆਰਾ ਲਿਖੀ ਗਈ ਉਹ ਕਿਤਾਬ ਹੈ ਜੋ ਵੱਡੇ ਹੋ ਕੇ ਸਾਡੇ ਬੱਚੇ ਸਾਨੂੰ ਪੜ੍ਹ ਕੇ ਸੁਣਾਉਣਗੇ। ਜਿਹੋ ਜਿਹਾ ਆਪਾਂ ਆਪਣੇ ਪੇਰੈਂਟਸ ਦੇ ਨਾਲ ਕਰਾਂਗੇ, ਉਹੋ ਜਿਹਾ ਹੀ ਸਾਨੂੰ ਵੀ ਸਾਡੇ ਬੱਚੇ ਕਰਨਗੇ। ਇਸ ਲਈ ਚੰਗਾ ਵਰਤਾਵ ਕਰਨਾ ਹੈ। ਦੇਖੋ, ਜਦੋਂ ਪੇਰੈਂਟਸ ਬਜ਼ੁਰਗ ਹੋ ਜਾਂਦੇ ਨੇ ਨਾ, ਤਾਂ ਉਹਨਾਂ ਦੀ ਉਮੀਦਾਂ ਬਹੁਤ ਸਾਰੀ ਵੱਧ ਜਾਂਦੀਆਂ ਨੇ ਅਤੇ ਸਾਨੂੰ ਉਹਨਾਂ ਦਾ ਬਹੁਤ ਧਿਆਨ ਰੱਖਣਾ ਹੁੰਦਾ। ਬੱਚਿਆਂ ਵਾਂਗੂ ਕਹਿੰਦੇ ਨੇ ਕਿ ਸਾਨੂੰ ਟ੍ਰੀਟ ਕਰਨਾ ਪੈਂਦਾ ਉਹਨਾਂ ਨੂੰ, ਅਤੇ ਲੋੜ ਵੀ ਹੈ। ਜਦੋਂ ਆਪਾਂ ਬੱਚੇ ਹੁੰਦੇ ਨੇ ਤਾਂ ਸਾਡੀ ਨਿੱਕੀ ਨਿੱਕੀ ਗੱਲ ਨੂੰ ਬਹੁਤ ਧਿਆਨ ਦੇ ਨਾਲ ਸੁਣਦੇ ਨੇ, ਫੋਲੋ ਕਰਦੇ ਨੇ ਔਰ ਸਾਡੀ ਹਰੇਕ ਇੱਛਾ ਪੂਰੀ ਕਰਦੇ ਨੇ, ਅਤੇ ਸਾਡਾ ਵੀ ਫਰਜ਼ ਬਣਦਾ ਜਦੋਂ ਆਪਾਂ ਇਸ ਲਾਇਕ ਹੋ ਜਾਈਏ ਕਿ ਆਪਾਂ ਵੱਡੇ ਹੋ ਗਏ ਹਾਂ, ਨੌਕਰੀ ਵਧੀਆ ਕਰ ਰਹੇ ਹਾਂ, ਸਭ ਕੁਝ ਮਿਲਦਾ, ਤਾਂ ਸਾਨੂੰ ਵੀ ਆਪਣੇ ਪੇਰੈਂਟਸ ਦੀ ਸਾਰੀ ਇੱਛਾਵਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਸਾਨੂੰ ਉਹਨਾਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ। ਜੇਕਰ ਉਹਨਾਂ ਨੇ ਆਪਣੀ ਗਰੀਬੀ ਦੇ ਵਿੱਚ ਸਾਨੂੰ ਕੋਈ ਕਮੀ ਨਹੀਂ ਆਣ ਦਿੱਤੀ, ਹਰ ਇੱਕ ਚੀਜ਼ ਦੀ ਸਾਨੂੰ ਜਿਹੜੀ ਹੈ ਪੂਰੀ ਕੀਤੀ ਹੈ, ਤਾਂ ਫਿਰ ਆਪਾਂ ਕਿਉਂ ਵੱਡੇ ਹੋ ਕੇ ਸਭ ਚੀਜ਼ਾਂ ਭੁੱਲ ਜਾਂਦੇ ਹਾਂ। ਸਾਨੂੰ ਉਹਨਾਂ ਦੇ ਨਾਲ ਚੰਗਾ ਵਰਤਾਵ ਕਰਨਾ ਹੈ ਅਤੇ ਆਪਣਾ ਸਨਮਾਨ, ਉਹਨਾਂ ਦਾ ਸਨਮਾਨ ਬਣਾ ਕੇ ਰੱਖਣਾ ਹੈ। ਜੇਕਰ ਆਪਾਂ ਉਹਨਾਂ ਦਾ ਸਨਮਾਨ ਕਰਾਂਗੇ ਤਾਂ ਆਪਣਾ ਸਨਮਾਨ ਆਪਾਂ ਆਪਣੇ ਆਪ ਹੀ ਬਣਾ ਲਵਾਂਗੇ। ਅਤੇ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਏਗੀ। ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ। ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਆਪਣੇ ਚੈਨਲ ਲਿਸਟ ਟੀਵੀ 'ਤੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।